ਇੱਥੇ ਜਿਹੜੇ ਸਿੱਖ ਜਾਂ ਸਰਦਾਰ ਰਹਿੰਦੇ ਸੀ ਜੀ ਇਸ ਪਿੰਡ ਦੇ ਵਿੱਚ, ਉਹ ਕਦੀ ਵਾਪਸ ਆਏ ਵੀ ਸੀ ਇੱਥੇ? ਇੱਕ ਮੇਰਾ ਸਰਦਾਰ ਆਏ ਸੀ ਜਿਨ੍ਹਾਂ ਦਾ ਬਾਗ ਸੀ, ਪਿੰਡ ਬੱਜਾ ਸਾਡੇ ਦਾਦੇ ਬਾਬੇ ਜਦੋਂ ਦਾ ਇਹ ਪਿੰਡ ਬਣਿਆ? ਹਾਂਜੀ, ਉਦੋਂ ਦੇ ਜਿਹੜੇ ਵੱਡੇ ਆਏ ਨੇ, ਦੋ ਤਿੰਨ ਪੀੜ੍ਹੀਆਂ ਸਾਡੀਆਂ ਗੁਜ਼ਰ ਗਈਆਂ ਇੱਥੇ। ਅੱਛਾ ਅੱਛਾ, ਕਿਉਂਕਿ ਅਸੀਂ ਆਪਣਾ ਦਾਦਾ ਵੀ ਵੇਖਿਆ ਅਤੇ ਫਿਰ ਗੁਰੇ ਕਦੋਂ ਦੇ ਆਏ ਨੇ ਇੱਥੋਂ ਜਿਹੜੇ ਸਰਦਾਰ ਸੀ ਪੀਲੀ ਕੋਠੀ ਵਾਲੇ ਜੀ, ਇਹਨਾਂ ਦਾ ਕੀ ਨਾਂ ਸੀ? ਇਹਨਾਂ ਦਾ ਇੱਕ ਦਾ ਨਾਮ ਸਰਵੰਤ ਸਿੰਘ, ਸਲਵੰਤ ਸਿੰਘ, ਸਰਵੰਤ ਸਿੰਘ, ਹਾਂ। ਦੂਜੇ ਜਿੱਥੇ ਸਿਨੇਮਾ ਨੂੰ ਨਹੀਂ ਰਹਿੰਦੇ ਸੀ, ਉਹ ਇਹਨਾਂ ਦਾ ਵੱਡਾ ਸੀ ਸਰਦਾਰ ਸਾਰਿਆਂ ਤੋਂ, ਅਤੇ ਇਹਨਾਂ ਜੋ ਬੱਚਾ ਸੀ ਜੀ ਇਹਨਾਂ ਸਾਰਾ ਹੀ ਮੁਲਾਜ਼ਮਤ ਦੇ ਵਿੱਚ ਦਿੱਤਾ ਸੀ। ਚਾਚਾ ਉਹ ਇੱਥੇ ਰਹਿੰਦਾ ਸੀ, ਮਾਲਕ ਸਾਰੇ 15 ਕਿੱਲਿਆਂ ਦੀ। ਅੱਛਾ, ਇਹਦਾ ਮਤਲਬ ਪੜ੍ਹੇ ਲਿਖੇ ਖਾਨਦਾਨ ਸੀ ਸਾਰਾ? ਹਾਂ, ਇਹ ਖਾਨਦਾਨ ਸਾਰਾ ਪੜ੍ਹਿਆ ਲਿਖਿਆ। ਅੱਛਾ ਅੱਛਾ, ਤੇ ਇੱਥੋਂ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਇੱਛਰ, ਇੱਛਰ ਸਿੰਘ, ਹਾਂ। ਤੇ ਇਹ ਕਿੰਨੇ ਭਰਾ ਸੀ? ਇੱਕੋ ਹੀ ਸੀ, ਇੱਕੋ ਹੀ ਸੀ। ਪਿਓ ਦੇ ਨਾਂ ਊਧਮ ਸਿੰਘ ਸੀ ਤੇ ਅੱਛਰ ਕਮਲਾ ਸੀ। ਪਿਓ ਦਾ ਕੀ ਨਾਂ ਸੀ? ਊਧਮ ਸਿੰਘ। ਊਧਮ ਸਿੰਘ, ਹਾਂ। ਅੱਛਾ, ਊਧਮ ਸਿੰਘ ਪਿਓ ਸੀ, ਹਾਂ, ਤੇ ਇੱਛਰ ਸੀ ਨੰਬਰਦਾਰ। ਨੰਬਰ, ਠੀਕ ਠੀਕ। ਇਹ ਜਦੋਂ ਸਰਦਾਰ ਇੱਥੇ ਰਹਿੰਦੇ ਸੀ ਜੀ, ਇਹ ਸਾਰਾ ਇੱਕ ਹੀ ਖਾਨਦਾਨ ਸੀ ਜਾਂ ਕੋਈ ਅਲੈਦਾ ਅਲੈਦਾ ਬੈਠੇ ਸੀ ਇੱਥੇ ਆਉਣ ਕੇ? ਇਹ ਜੀ ਸਾਰੇ ਅਲੈਦਾ ਅਲੈਦਾ ਸੀ। ਅੱਛਾ, ਇਹ ਪਿੰਡ ਹੈ ਚੱਠਿਆਂ ਵਾਲੇ ਦੇ ਵਿੱਚੋਂ, ਰਕਬਾ ਵੱਖਰਾ ਹੋਇਆ। ਅੱਛਾ, ਇਹ ਪਿੰਡ ਜਿਹੜਾ ਕੀਰਕਾ ਬਣਿਆ ਹੈ, ਹਾਂ, ਇਹ ਪਿੰਡ ਹੈਗਾ ਚੱਠਿਆਂ ਵਾਲੇ ਦਾ? ਚੱਠਿਆਂ ਵਾਲੇ ਦੇ ਵਿੱਚੋਂ ਬਣਿਆ, ਵੰਡਿਆ ਗਿਆ ਨਾ ਕਿੱਥੇ ਕੁਛ ਵਿਛਾ, ਅਤੇ ਜਾਮਣ ਦੀ ਛੀਆਂ ਤੁਹਾਡੀਆਂ ਪੈਲੀਆਂ ਨੇ, ਚੱਠਿਆਂ ਆਣ ਕੇ ਫਿਰ ਹਾਲੀ ਹਾਲ ਨਹੀਂ ਮਾਰ ਸਕਦੇ, ਫਿਰ ਇੱਥੇ ਪਿੰਡ ਵੱਜਾ। ਅਤੇ ਕੁੱਲ ਟੋਟਲੀ ਸਾਡੇ ਪਿੰਡ ਦੇ 8 ਘਰ ਸਨ ਸਰਦਾਰਾਂ ਦੇ। ਅੱਛਾ ਅੱਛਾ, ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਇਹ ਆ ਕਿ ਇਹ ਪਿੰਡ ਚੱਠਿਆਂ ਵਾਲੇ ਦੇ ਵਿੱਚੋਂ ਨਿਕਲਿਆ? ਵਿੱਚੋਂ ਨਿਕਲਿਆ, ਠੀਕ। ਜਿਸ ਤਰ੍ਹਾਂ ਝੜੋਲੀਆਂ ਨਿਕਲਿਆ, ਜਿਸੇ ਝੜੋਲੀਆਂ ਨਿਕਲੀਆਂ। ਇਹ ਸਰਦਾਰ ਜਿਹੜੇ ਇੱਥੇ ਹੈਗੇ ਸੀ ਇੱਥੋਂ ਦੇ, ਹਾਂਜੀ, ਇਹ ਕਿੰਨੇ ਭਰਾ ਸੀ? ਇਹ ਵੱਖੋ ਵੱਖਰੀ ਸਨ, 8 ਘਰ ਪਿੱਛੋਂ ਦਾ ਨਹੀਂ ਮੈਨੂੰ ਪਤਾ, 8-10 ਘਰ ਸੀ ਇਹਨਾਂ ਦੇ? 8 ਘਰ ਹੀ ਪੂਰੇ ਸਨ, 8 ਘਰ ਪੂਰੇ ਸਨ। ਹਾਂਜੀ, ਅੱਗੋਂ ਗਾਮ ਵੱਡਾ ਭਰਾ ਹੋ ਗਿਆ ਸੀ, ਭਾਵੇਂ ਜਿੰਨੇ ਮਰਜ਼ੀ ਬਣ ਜਾਣ। ਅੱਛਾ, ਇਹ ਜਿਹੜੀ ਹਵੇਲੀ ਸੀ ਵੱਡੀ, ਉਹ ਸੁਲੇਮਾਨ ਦੀ, ਸੁਲੇਮਾਨ ਕੋਲ ਜਿਹੜੀ ਸੀ ਜੀ, ਆ ਇਹ ਕਿਹਦੀ ਸੀ? ਰਿਸ਼ਪਾਲ ਸਿੰਘ ਥਾਣੇਦਾਰ ਸੀ ਵੱਡਾ। ਅੱਛਾ, ਰਿਸ਼ਪਾਲ ਸਿੰਘ ਥਾਣੇਦਾਰ ਸੀ ਵੱਡਾ, ਆਹੋ, ਠੀਕ ਠੀਕ ਠੀਕ। ਆ ਬਾਗ ਉਹਨੇ ਲਵਾਇਆ ਸੀ। ਅੱਛਾ, ਆ ਜੈ ਸੋਣਾ ਵਾਲਾ ਨਾ ਬਾਗ ਉਹਨੇ ਲਵਾਇਆ ਸੀ, ਚੋਰ ਜਰੋ ਕਿਤੋਂ ਲਿਆਇਆ ਸੀ, ਛਾਉਣੀ ਵਾਲੇ ਵੱਲੋਂ ਕੁਝ ਬੱਟੂ ਜਿੰਨੇ ਆਣ ਕੇ ਲਾਇਆ ਸੀ। ਅੱਛਾ ਅੱਛਾ ਅੱਛਾ, ਇਹ ਜਿਹੜੇ ਸਿੱਖ ਸਰਦਾਰ ਸੀ ਇੱਥੋਂ ਜਦੋਂ ਗਏ ਸੀ ਜੀ 1947 ਦੇ ਵਿੱਚ, ਹਾਂ, ਇਹ ਕਿਸ ਤਰ੍ਹਾਂ ਗਏ ਸੀ ਇੱਥੋਂ? ਆਰਾਮ ਨਾਲ ਚਲੇ ਗਏ ਸੀ ਜਾਂ ਆਰਾਮ ਨਾਲ? ਆਰਾਮ ਨਾਲ ਗਏ ਸੀ, ਆਰਾਮ ਨਾਲ। ਅੱਛਾ, ਆਰਾਮ ਨਾਲ ਚਲੇ ਗਏ ਸੀ ਜੀ, ਮਤਲਬ ਤੁਸੀਂ ਇਹਨਾਂ ਨੂੰ ਕੋਈ ਛੱਡ ਕੇ ਆਏ ਸੀ? ਛੱਡ ਕੇ ਵੀ ਆਏ, ਇੱਥੋਂ ਲਦਾ ਤੀਆਂ ਗੱਡਾਂ 'ਤੇ ਲੈ ਕੇ ਭੇਜੀਆਂ ਨੇ। ਅੱਛਾ, ਮਤਲਬ ਤੁਸੀਂ ਇੱਥੋਂ ਇਹਨਾਂ ਦੀ ਗੱਡਾਂ ਵਗੈਰਾ ਲਦਾਈਆਂ ਨੇ, ਸਮਾਨ ਲਦਾਇਆ? ਭੈਣਾਂ ਭਰਾਵਾਂ ਵਾਂਗੂ ਜੂ ਵੱਸਦੇ ਸੀ। ਹਾਂ ਹਾਂ, ਅਤੇ ਤੁਸੀਂ ਆਖਿਆ ਆਹ ਕੰਮ ਕਰਨਾ, ਜੋ ਕਰਨਾ ਪਿਆ ਕਰਨਾ ਪਿਆ। ਮਤਲਬ ਤੁਸੀਂ ਜਿਹੜਾ ਹੈ ਉਹਨਾਂ ਦੇ ਸ਼ਾਦੀ ਵਿਆਹ ਦੇ ਵਿੱਚ ਜਿਹੜੇ ਸੀ ਉਹ ਸ਼ਾਮਿਲ ਹੁੰਦੇ ਸੀ? ਬਿਲਕੁਲ, ਅਤੇ ਤੁਹਾਨੂੰ ਬੁਲਾਉਂਦੇ ਸੀ ਉਹ, ਹੈ ਨਾ? ਹਾਂ, ਕੋਈ ਇਹੋ ਜਿਹਾ ਮਸਲਾ ਨਹੀਂ ਸੀਗਾ ਜੀ ਆਹ ਸਿੱਖ ਆ ਜਾਂ ਮੁਸਲਮਾਨ ਹੈ ਨਾ? ਨਹੀਂ, ਉਹ ਤਾਂ ਹੈਗਾ ਸੀ, ਲੇਕਿਨ ਉਹਨਾਂ ਕੋਲ ਇਹ ਸੀ ਜਿਹੜਾ ਉਹਨਾਂ ਆਪਦਾ ਖਾਣਾ ਪਕਾਉਣਾ ਸੀ ਉਹ ਵੱਖਰਾ, ਜਿਹੜਾ ਸਾਡਾ ਸੀ ਉਹ ਵੱਖਰਾ ਹੁੰਦਾ, ਸਿੱਲੀ 'ਚ ਉਹ ਆਪਦਾ ਕਰਨ ਅਤੇ ਨਾ ਬਣਾਉਣ ਅਤੇ ਨਾ ਕਿ ਜਾਣਾ ਨਾ ਆਉਣਾ। ਅੱਛਾ, ਇੱਥੇ ਮੁਸਲਮਾਨਾਂ ਦੇ ਇੱਥੇ ਕਿੰਨੇ ਘਰ ਸੀ? ਮੁਸਲਮਾਨਾਂ ਦੇ ਘਰ ਸਿੱਖਾਂ ਨਾਲੋਂ ਬਹੁਤੇ ਸੀ ਇਸ ਪਿੰਡ ਦੇ ਵਿੱਚ। ਹਾਂ, ਮੁਸਲਮਾਨਾਂ ਦੇ ਘਰ ਸਿੱਖਾਂ ਨਾਲੋਂ ਬਹੁਤੇ ਸੀ? ਬਹੁਤੇ ਸੀ, ਹਾਂ। ਬਾਕੀ ਕਿੱਧਰ ਗਏ? ਬਾਕੀ ਚਲੇ ਗਏ ਸ਼ਹਿਰੇ। ਅੱਛਾ, ਸ਼ਹਿਰ ਚਲੇ ਗਏ? ਹਾਂ। ਅੱਛਾ ਅੱਛਾ, ਉਹ ਤਾਂ ਫਿਰ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਗਏ ਨੇ ਨਾ? ਬਿਲਕੁਲ, ਰੋਜ਼ੀ ਦੀ ਤਲਾਸ਼। ਠੀਕ 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 ਠੀਕ।
अच्छा ये दसो जी कि जो 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਜ ਆਜ਼ਾਦ ਹੋਇਆ ਹੈ ਜੀ ਇਹ ਬਣੇ ਨੇ ਅਲੱਗ ਅਲੱਗ ਹੋਏ ਨੇ ਹਾਂਜੀ ਤੇ ਤੁਸੀਂ ਕੋਈ ਇਸ ਇਲਾਕੇ ਦੇ ਵਿੱਚ ਕੋਈ ਮਾਰਕੁੱਟ ਵੀ ਵੇਖੀ ਆ ਜਿਸ ਤਰ੍ਹਾਂ ਕਹਿੰਦੇ ਨੇ ਜੀ ਉਹ ਸਾਡੇ ਇਲਾਕੇ 'ਚ ਨਹੀਂ ਹੋਈ ਆਪਣੇ ਇਲਾਕੇ 'ਚ ਮਾਰਕੁੱਟ ਨਹੀਂ ਹੋਈ ਨਹੀਂ ਤੂੰ ਪੁੱਛ ਕਿਉਂ ਕਿ ਜਿਵੇਂ ਮੁਸਲਮਾਨਾਂ 'ਚ ਦੁਆਈਂ ਲੜਾਈ ਹੁੰਦੀ ਹੈ ਉਹ ਪੁੱਛਦੇ ਸੀ ਹਾਂਜੀ ਹਾਂਜੀ ਉਹ ਇੱਥੇ ਨਹੀਂ ਹੋਈ ਅੱਛਾ ਇੱਥੇ ਸਿਰਫ ਇੱਕ ਹੀ ਚੱਕਰਾਂ ਵੇਖਿਆ ਕਿ ਬੇਜੀਆਂ ਤੋਂ ਗੱਡਾਂ ਲੰਘੀਆਂ ਨੇ ਨਹਿਰੇ ਨਹਿਰ ਅਤੇ ਸਾਡੇ ਪਿੰਡ ਹੀ ਬਰਾਬਰ ਆਣ ਕੇ ਖਲੋ ਗਈਆਂ 30 ਨੇ ਕਿ 40 ਨੇ 3 ਦਿਨ ਮੀਂਹ ਪੈਂਦਾ ਰਿਹਾ ਅਖੀਰ ਉਹਦੇ ਪੇਸ਼ ਨੇ ਗਈ ਛੱਡ ਕੇ ਚਲੇ ਗਏ ਉਹ ਸਾਡੇ ਪਿੰਡ ਨੇ ਕਿ ਟੱਗਾ ਲੈਂਦਾ ਕਿ ਭਾਂਡਾ ਲੈਂਦਾ ਕਿ ਗੱਡ ਲੈਂਦੀ ਉਹ ਜੋ ਹੈ ਲੇਕਿਨ ਵੱਡ ਫੱਟ ਪਿਛੇ ਰਹੀ ਆ ਸਾਡੇ ਇਲਾਕੇ 'ਚ ਕੁਛ ਨਹੀਂ ਆ ਆਪਣਾ ਇਲਾਕਾ ਜਿਹੜਾ ਇਸ ਕੰਮ ਤੋਂ ਬਚਿਆ ਸਾਡਾ ਪਿੰਡ ਇਸ ਕੰਮ ਤੋਂ ਬਚਿਆ ਰਿਹਾ ਅਤੇ ਲਾਗੇ ਪਿੰਡ ਜਿਹੜੇ ਨੇ ਕੋਈ ਇੱਥੇ ਵੀ ਕੋਈ ਮਸਲਾ ਨਹੀਂ ਹੋਇਆ ਇੱਥੇ ਵੀ ਕੋਈ ਨਹੀਂ ਸੁਣਿਆ ਇਹੋ ਜਿਹਾ ਕੰਮ ਕਿ ਜੀ ਨਹੀਂ ਕੱਟ ਵੱਢ ਹੋਈ ਹੋਵੇ ਨਾ ਹਾਂ ਜਿਹੜੇ ਉਹ ਜੋ ਆਏ ਨੇ ਪਿਛਾ ਪਿਛੇ ਵੱਡੇ ਗਏ ਹੁਣ ਤੇ ਵੱਡੇ ਗਏ ਹੁਣ ਇਹਦੇ ਵੀ ਵੱਡੇ ਗਏ ਹੁਣ ਤੇ ਪਿਛੇ ਵੱਡੇ ਗਏ ਨੇ ਅੱਛਾ ਜਿਸ ਟਾਈਮ ਪਾਕਿਸਤਾਨ ਬਣਿਆ ਸੀ ਜੀ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਉਸ ਦਿਨ ਮੇਰੇ ਖਿਆਲ ਹੈ ਉਮਰ ਸਾਡੀ ਕੋਈ ਹੋਣੀ ਹੈ 10-12 ਸਾਲ ਦੀ 10-12 ਸਾਲ ਦੀ ਹਾਂ ਠੀਕ ਠੀਕ ਯਾਨੀ ਮਤਲਬ ਹੋਸ਼ ਹੀ ਸੀ ਹੋਸ਼ ਹੀ ਅਸੀਂ ਡੰਗਰ ਚਾਰਦੇ ਸਾਂ ਮੈਂ ਸਾਰਾ ਕੁਛ ਵੇਖਿਆ ਤੁਸੀਂ ਤੇ ਆ ਪਿੰਡ ਇੰਨਾ ਹੀ ਵੱਡਾ ਸੀ ਪਹਿਲੋਂ ਪਿੰਡ ਹੁਣ ਚ ਛੋਟਾ ਸੀ ਦਾਇਰੇ ਦੇ ਅੰਦਰ ਅੰਦਰ ਹੀ ਮਤਲਬ ਉਹ ਜਿਹੜਾ ਲਾਲ ਲਕੀਰ ਕਹਿੰਦੇ ਜੀ ਹਾਂ ਲਾਲ ਲਕੀਰ ਹੁਣ ਸੜਕਿਆ ਸਵੇਰੇ ਸਵੇਰੇ ਜਿਹੜੇ ਸੜਕੋ ਬਾਹਰ ਕੋਠੇ ਨੇ ਉਹ ਮਗਰੋਂ ਪਏ ਨੇ ਉਹ ਮਗਰੋਂ ਪਏ ਨੇ ਹਾਂ ਅੱਛਾ 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 ਆਪਾਂ ਉੱਥੋਂ ਮੁੜ ਕੇ ਸੜਕੇ ਚੜੇ ਆ ਨਾ ਉਹ ਵੀ ਜਿਹੜੇ ਬਾਹਰ ਨੇ ਉਹ ਮਗਰੋਂ ਪੈਲੀਆਂ 'ਚ ਨੇ ਅਤੇ ਜਿਹੜੇ ਅੰਦਰ ਅੰਦਰ ਨੇ ਉਹ ਪਿੰਡ ਦੇ ਥਾਂ 'ਚ ਨੇ ਅਤੇ ਆ ਫਕੀਰ ਜਿੱਥੇ ਰਹਿੰਦੇ ਨੇ ਆ ਕੇ ਆਪਣੇ ਆਹੋ ਇਹ ਬਾਅਦ ਵਿੱਚ ਆਏ ਨੇ ਫਿਰ ਇੱਥੇ ਪਲੇਸਮੈਂਟ ਦੀ ਨਹੀਂ ਹੈ ਵੀ ਉੱਥੋਂ ਦੇ ਇਹਨਾਂ ਦਾ ਘਰ ਵੱਖਰਾ ਸੀ ਇੱਥੇ ਇਹਨਾਂ ਦੀਆਂ ਕਬਰਾਂ ਵੀ 5-7 ਹੈਗੀਆਂ ਨੇ ਅੱਛਾ ਅੱਛਾ ਇਹ ਵੱਖਰਾ ਸੀ ਇਹ ਵੱਖਰਾ ਘਰ ਸੀ ਉਹ ਇੱਥੇ ਇੱਕ ਬੋਰਡ ਸੀ 2-3 ਵਣ ਸੀ ਜਾਣਿਆ ਦੁਨੀਆ ਛਾਵੇਂ ਗਰਮੀ 'ਚ ਆਉਣ ਪੈਂਦੀ ਸੀ ਹੈ ਉਹ ਅੱਛਾ ਬਾਬਾ ਜੀ ਇਹ ਦੱਸੋ ਜੀ ਕਿ ਇਹ ਜਿਹੜੇ ਮਕਾਨ ਸੀ ਇੱਥੇ ਇਹਨਾਂ ਕੋਲ ਹਿਦਾਇਤ ਕੋਲ ਕਿਹਦੇ ਸਰਦਾਰ ਜੀ ਦੇ ਸੀ ਇਹ ਜਿਹੜੀ ਉਰਲੀ ਆ ਪਹਿਲੀ ਦਹਿਤ ਕੀ ਵੇਲੀ ਉਹਦੇ ਨਾਲ ਸੀ ਖੜਕ ਸੋਂ ਅਤੇ ਇਹ ਸਾਰਾ ਕੁਣਬਾ ਪਰਾਂ ਤੱਕ ਅਜਮਾ ਦੇ ਬੂਹੇ ਤੱਕ ਉਹਨਾਂ ਦਾ ਕੁਣਬਾ ਹੈ ਉਹਨਾਂ ਦਾ ਹੀ ਕੁਣਬਾ ਸੀ ਇੱਕ ਹੀ ਖਾਨਦਾਨ ਸੀ ਬਸ ਖਾਨਦਾਨ ਮਤਲਬ ਨੰਬਰਦਾਰ ਜਿਹਨਾਂ ਦੇ ਵਿੱਚ ਰਹਿੰਦੇ ਸੀ ਆਪਣੇ ਹੁਣ ਦੇ ਨੰਬਰਦਾਰ ਨੇ ਆਹੋ ਇਹਨਾਂ ਦੇ ਕੋਲ ਜਿਹੜਾ ਮਕਾਨ ਇਹ ਸਾਰੇ ਚਾਚਾ ਭਤੀਜੇ ਹੀ ਸਨ ਇਹਨਾਂ ਦੇ ਨਾਂ ਨੂੰ ਨਹੀਂ ਯਾਦ ਮਾਂ ਕਈਆਂ ਦੇ ਯਾਦ ਨੇ ਕੀ ਨਾਂ ਉਹਨਾਂ ਦਾ ਇਹ 100 ਰੁਪਏ ਖੜਕ ਸੋਂ ਤੋਂ ਹਾਂ ਉਹਦੇ ਨਾਲ ਲਗਵਾ ਵਧਾਵਾ ਤੇਜਾ ਸੋਂ ਉਦੋਂ ਅੱਗੇ ਤੁਰ ਪੈਣਾ ਗੁਰਾ ਉਦੋਂ ਅੱਗੇ ਤੁਰ ਪੈਣਾ ਚੰਨ ਭਰਾ ਚੰਨਣ ਸੋਣੀ ਅਤੇ ਉਦੋਂ ਅੱਗੇ ਆ ਜਾਣਾ ਵਧਾਵਾ ਸੋਂ ਕੇ ਅਤੇ ਕਿਸ਼ਨ ਸੋਂ ਅਤੇ ਲਾਲ ਸੋਂ ਇਹ ਉਹਨਾਂ ਦੇ ਮੋੜ ਤੱਕ ਸਨ ਅੱਜ ਮਿਲ ਕੇ ਮੋੜ ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਜੀ ਜਦੋਂ ਸਰਦਾਰ ਹੋਣੀ ਇੱਥੋਂ ਚਲੇ ਗਏ ਸੀ ਜੀ ਹਾਂ ਅਤੇ ਆ ਪਿੰਡ ਕਿੰਨੇ ਕੁ ਦਿਨ ਵਿਹਲਾ ਪਿਆ ਰਿਹਾ ਸੀ ਪਿੰਡ ਵਿਹਲਾ ਨਹੀਂ ਹੋਇਆ ਨਹੀਂ ਮਤਲਬ ਤੁਸੀਂ ਤਾਂ ਇੱਥੇ ਹੀ ਸੀ ਨਾ ਅਸੀਂ ਜਿਹੜੇ ਨਾ ਆ ਜਿਹੜੇ ਹੁਣ ਜਿਹੜੇ ਆਏ ਸੀ ਇੱਥੇ ਮੇਵਾਤੀ ਜਾਂ ਪੰਜਾਬੀ ਤਾਂ ਹੋਰ ਇੱਥੇ ਕੋਈ ਨਹੀਂ ਆਇਆ ਪਹਿਲਾਂ ਜੀ ਇੱਥੋਂ ਆਏ ਸਨ ਜਲੰਧਰ ਜ਼ਿਲ੍ਹੇ ਦੇ ਫਿਰ ਆਏ ਪਟਿਆਲੀਏ ਅੱਛਾ ਅਤੇ ਜਦੋਂ ਤੁਹਾਡੇ ਜੀ ਆਏ ਨੇ ਜੀ 2-3 ਸਾਲ ਮਗਰੋਂ ਆਏ ਨੇ 4 ਸਾਲ ਤੁਹਾਡਾ ਕਹਿਣ ਦਾ ਮਕਸਦ ਹੈ ਇੱਥੇ ਪਹਿਲਾਂ ਆਏ ਸੀ ਜਲੰਧਰੀਏ ਆਹੋ ਉਹ ਕਿੰਨਾ ਅਰਸਾ ਰਹੇ ਸੀ ਉਹ ਸਿਰਫ ਸਾਲ ਡੂਢ ਸਾਲ ਸਾਲ ਡੂਢ ਸਾਲ ਮੈਂ ਬਾਰਡਰ 'ਚ ਆਉਣ ਨਹੀਂ ਰਹਿਣਾ ਫਿਰ ਪਤਾ ਨਹੀਂ ਕਿੱਧਰ ਲੱਗੇ ਗਏ ਅੱਛਾ ਫਿਰ ਗਾਂ ਚਲੇ ਗਏ ਗਾਂ ਚਲੇ ਗਏ ਪਤਾ ਨਹੀਂ ਕਿੱਥੇ ਕਿੱਥੇ ਪਾਕਿਸਤਾਨ ਬਣਿਆ ਅੰਦਰ ਚਲੇ ਗਏ ਹਾਂ ਤੇ ਫਿਰ ਆਏ ਪਟਿਆਲੀਏ ਹਾਂ ਉਹ ਵੀ ਇਹ ਚਲੇ ਗਏ ਉਹ ਵੀ ਸਾਲ 1.5 ਸਾਲ ਰਹੇ ਬਸ ਤੇ ਉਹ ਰਹੇ ਇਹਨਾਂ ਮਕਾਨਾਂ ਦੇ ਵਿੱਚ ਜਿਹੜੇ ਉਸ ਸਰਦਾਰ ਛੱਡ ਕੇ ਗਏ ਸੀ ਆਹੋ ਉਹਨਾਂ 'ਚ ਉਹਨਾਂ 'ਚ ਹਾਂ ਅੱਛਾ ਬਾਬਾ ਜੀ ਇਹ ਦੱਸੋ ਜੀ ਜਦੋਂ ਪਾਕਿਸਤਾਨ ਬਣਿਆ ਨਹੀਂ ਸੀ ਜੀ ਉਦੋਂ ਤਾਂ ਤੁਸੀਂ ਆਉਂਦੇ ਜਾਂਦੇ ਹੋਵੋਗੇ ਨਾ ਪਰਲੇ ਪਾਸੇ ਹਾਂ ਉਦੋਂ ਆਉਂਦੇ ਜਾਂਦੇ ਸੀ ਅਤੇ ਰਿਸ਼ਤੇਦਾਰੀ ਵੀ ਹੈਗੀ ਸੀ ਤੁਹਾਡੀ ਰਿਸ਼ਤੇਦਾਰੀਆਂ ਵੀ ਹੈਗੀਆਂ ਅਤੇ ਨਾਲ ਆਪਣੇ ਪਿੰਡ ਆ ਸਿੱਖਾਂ ਦਾ ਸਰਦਾਰਾਂ ਦਾ ਜਿਹੜਾ ਵਾਂ ਹਾਂ ਆਪਣੇ ਤਾਂ ਇੱਥੇ ਹੈਗਾ 1.5 ਕਿਲੋਮੀਟਰ ਦੂਰ ਹੀ ਆ ਆਹੋ ਇਹ ਸਰਦਾਰ ਸਨ 1900 ਜਦੋਂ ਪਾਕਿਸਤਾਨ ਬਣ ਗਿਆ ਜੀ ਉਸ ਤੋਂ ਬਾਅਦ ਤੁਸੀਂ ਨਹੀਂ ਗਏ ਨਹੀਂ ਅਸੀਲਾ ਜਿਹੜਾ ਹੈਗਾ ਆਪਣੇ ਇੱਥੇ ਰਹਿਣ ਵਾਲਾ ਆਪਣਾ ਅਸੀਲਾ ਜਿਹੜਾ ਮੋਚੀ ਆ ਆਹੋ ਇਹ ਸੁਣਿਆ ਇੱਥੋਂ ਦਾ ਹੀ ਆ ਨਹੀਂ ਇਹ ਬਲੇਰ ਦੇ ਨੇ ਇਹ ਬਲੇਰ ਦੇ ਨੇ ਆਹੋ ਇਹਨਾਂ ਦੇ ਪਿੰਡ ਬਲੇਰ ਸੀ ਇੰਡੀਆ ਮੈਂ ਪਹਿਲਾਂ ਇਹ ਸੁਣਿਆ ਸੀ ਇਹ ਮਾਂ ਦੇ ਰਹਿਣ ਵਾਲੇ ਨੇ ਨਹੀਂ 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 ਮਾਂ ਦੇ ਇਹਨਾਂ ਦੀ ਮਾਂ ਭਾਵੇਂ ਹੋਵੇ ਕਿ ਬਲੇਰ ਵਿਆਹੀ ਹੋਵੇ ਜਾਣਿਆ ਦਾਦੇ ਬਾਬੇ ਇਹਨਾਂ ਦੇ ਬਲੇਰ ਵਾਲੇ ਦੇ ਵੇਖੋ ਨਾ ਕਿਸੇ ਦੀ ਧੀ ਜੋ ਕਿਤੇ ਵਿਆਹੀ ਗਈ
ਤੇ ਉਹਦੇ ਨਾਲ ਤਾਂ ਕੋਈ ਵੱਖਰੀ ਗੱਲ ਬਣ ਜੇ, ਕਿਉਂਕਿ ਉਸ ਧੀ ਦਾ ਪਿੰਡ ਸੀ ਉਹ ਜਿਸੇ ਉਹਦੇ ਸਹੁਰੇ ਨੇ, ਤੇ ਪਿੰਡ ਇਹਨਾਂ ਦਾ ਬਨੇਰ ਹੀ ਆ ਜੀ। ਜਦੋਂ ਇੱਥੋਂ ਸਰਦਾਰ ਇੱਥੋਂ ਚਲੇ ਗਏ ਸੀ ਜੀ, ਤੇ ਉਹਨਾਂ ਦੀ ਪੈਲੀ ਜਿਹੜੀ ਇੱਥੇ ਸੀ, ਹਾਂਜੀ, ਉਹ ਕੌਣ ਮਾਉਂਦਾ ਰਿਹਾ ਫਿਰ? ਉਦੋਂ ਮੁਸਲਮਾਨ ਹੀ, 2 ਕਿੱਲੇ ਤੁਹਾਂ ਵਾਲੀ, 2 ਮੈਂ ਵਾਲੀ। ਅੱਛਾ, ਜਦੋਂ ਜਦੋਂ ਫਿਰ ਤੁਹਾਡਾ ਗੇੜ ਇਸ ਤਰ੍ਹਾਂ ਆਉਂਦਾ ਰਿਹਾ, ਆਣ ਕੇ ਕੰਮ 'ਚ ਬਣਿਆ ਜੋ ਤੁਸੀਂ ਆਏ ਜੀ, ਫਿਰ ਕਰੇਮ ਆਉਣ ਡਿਆ, ਫਿਰ ਵਾਰਜੀ ਮਿਲੀਆਂ, ਤੇ ਮੁੜ ਕੇ ਫਿਰ ਕਰੇਮ ਆਇਆ, ਤੇ ਕਰੇਮਾਂ ਦੇ ਵੀ ਪੱਕੀਆਂ ਹੋਣ ਡਿਆ, ਆਰਜੀ ਟੁੱਟਣ ਡਿਆ ਸੀ। ਕੰਮ ਪੱਕਾ ਉਦੋਂ ਹੋਇਆ ਜਦੋਂ ਇਹ ਮੇਵਾਤੀ ਆਏ ਨੇ, ਮੇਵਾਤੀ ਆਏ ਨੇ। ਯਾਨੀ ਕਿ ਪਹਿਲਾਂ ਜਿਹੜੀ ਜ਼ਮੀਨ ਜਿਹੜੀ ਇੱਥੇ ਹੈਗੀ ਸੀ ਸਰਦਾਰਾਂ ਦੀ ਤੁਹਾਡੇ ਕੋਲ, ਤੁਸੀਂ ਵਾਹੁੰਦੇ ਰਹੇ, ਉਹ ਵਾਹੁੰਦੇ ਦੋ ਵਾਲੀ, ਕਿਸੇ ਨੇ 3 ਵਾਲੀ, ਬਸ ਕਿਉਂਕਿ ਇੰਨਾ ਸੰਨ ਵੀ ਨਹੀਂ ਸੀ ਹੁੰਦਾ, ਸੰਦ ਤੇ ਸਾਰਾ ਮੇਰੇ ਉਹਨਾਂ ਕੋਲ ਹੀ ਸੀ। ਸੰਦ ਵੀ ਹੈਗਾ ਸੀ, ਲੇਕਿਨ ਉਦੋਂ ਫਿਰ ਪਟਵਾਰੀਆਂ ਨੇ ਮੇਰੇ ਤਕਸੀਮ ਕੀਤੀ 2-2, 4-4 ਕਿੱਲੇ ਹਰ ਜੀ ਜਿਹੜਾ ਇੱਥੇ ਰਹਿੰਦਾ, ਉਹਨਾਂ ਨੂੰ ਹਰ ਜੀ ਨੂੰ 2-2 ਕਿੱਲੇ ਦਿੱਤੀ ਸੀ ਉਹਨਾਂ, ਕਿ 2 ਕਿੱਲੇ ਮੈਂ ਵਾਲੀ, 2 ਤੁਹਾਂ ਵਾਲੀ। ਉਦੋਂ ਮਲਕੀਅਤ ਕਿਸੇ ਦੀ ਨਹੀਂ ਸੀ। ਅੱਛਾ, ਜਦੋਂ ਇਸ ਇੱਥੋਂ ਸਰਦਾਰ ਚਲੇ ਗਏ ਨੇ ਜੀ, ਤੇ ਇਸ ਪਿੰਡ ਦਾ ਫਿਰ ਕੌਣ ਨੰਬਰਦਾਰ ਬਣਿਆ? ਭਾਗ ਭਾਗ ਹਾਂ, ਇਹਦਾ ਸਹੀ ਨਾਂ ਕੀ ਸੀ? ਮੁਕੰਮਲ ਮੁਕੰਮਲ ਨਾਂ ਕੀ ਸੀ? ਹਾਂ, ਭਾਗ ਹੀ ਸੀ ਇਹਦੇ ਨਾਂ। ਇਹਦਾ ਪਿਓ ਦਾ ਕੀ ਨਾਂ ਸੀ? ਦਿਲਾਵਰ। ਮਤਲਬ ਨੰਬਰਦਾਰ ਫਿਰ ਇਹ ਬਣਿਆ ਕਿਉਂਕਿ ਇਹ ਮਾਲਕੀ ਸੀ ਇੱਥੋਂ ਦੇ। ਆਹੋ। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ ਤੁਸੀਂ ਜੀ, ਕਿ ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ ਭਰਾ ਹੈ 3। ਕੀ ਕੀ ਨਾਂ ਸੀ ਉਹਨਾਂ ਦਾ? ਵੱਡੇ ਦਾ ਨਾਂ ਲਾਲਦੀਨ, ਉਹਦੇ ਛੋਟੇ ਦਾ ਨਾਂ ਜਮਾਲਦੀਨ, ਮੇਰਾ ਤੀਸਰੇ ਦਾ ਨਾਂ ਆ ਗਿਆ ਕਮਾਲਦੀਨ। ਤੇ ਇੱਥੇ ਜਿਹੜੇ ਸਿੱਖ ਜਾਂ ਸਰਦਾਰ ਰਹਿੰਦੇ ਸੀ ਜੀ ਇਸ ਪਿੰਡ ਦੇ ਵਿੱਚ, ਉਹ ਕਦੀ ਵਾਪਸ ਆਏ ਵੀ ਸੀ ਇੱਥੇ? ਇੱਕ ਮੇਰਾ ਸਰਦਾਰ ਆਏ ਸੀ ਜਿਨ੍ਹਾਂ ਦਾ ਬਾਗ ਸੀ, ਜਿਨ੍ਹਾਂ ਦਾ ਬਾਗ ਸੀ ਦੈਤੋਣਾ ਵਾਲਾ, ਉਹ ਕਿਤੇ ਅੰਮ੍ਰਿਤਸਰ ਬੈਠੇ ਸੀ। ਉਹਨਾਂ ਆਖਿਆ ਸਾਡਾ ਕਲੇਮ ਦੇ ਵਿੱਚ ਜਾਂ ਕੰਪਿਊਟਰ 'ਚ ਬਾਗ ਨਹੀਂ ਗਿਆ, ਹੁਣ ਮਕਾਨ ਚਲੇ ਗਏ ਨੇ। ਅੱਛਾ, ਉਹਨਾਂ ਫਿਰ ਫੋਟੋ ਲਾ ਲਾ ਕੇ ਇੱਥੋਂ ਖੜੇ ਨੇ, ਉਹ ਆਏ ਸਨ, ਆਏ ਇਸੇ ਤਰ੍ਹਾਂ ਉਹ ਕਾਰਾਂ ਦੇ ਸਨ, ਜਾਂ ਫਿਰ ਹਕੂਮਤ ਦੀ ਮਨਜ਼ੂਰੀ ਨਾਲ ਹੀ ਆਇਆ ਨਾ ਉਹਦਾ। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ ਜੀ ਕਿ ਇੱਥੇ ਜਿਹੜੇ ਸਰਦਾਰਾਂ ਦੇ ਬੱਚੇ ਤੁਹਾਡੇ ਉਮਰ ਦੇ ਸੀ, ਕਿਆ ਉਹ ਉਹਨਾਂ ਦੇ ਕੋਈ ਨਾਂ ਨੂੰ ਯਾਦ ਨਾ ਤੁਹਾਨੂੰ? ਕਈਆਂ ਦੇ ਆਏ ਨੇ, ਕਈਆਂ ਦੇ ਨਹੀਂ ਆਏ। ਮਸਲਨ ਜਿਹੜਾ ਖੜਕਸੋਂ ਸੀ, ਉਹਦਾ ਪੋਤਰਾ ਸੀ, ਉਹਦੇ ਨਾਂ ਲੱਖਾ ਸੀ। ਉਹਦਾ ਨਾਂ ਲੱਖਾ ਸੀ ਜੀ। ਆ ਉਹ ਤੁਹਾਡੇ ਹਾਣ ਦਾ ਸੀ? ਹਾਂ, ਸਾਡੇ ਹਾਣ ਦਾ ਸੀ। ਅੱਛਾ ਅੱਛਾ, ਮਹੀਨੇ 2 ਮਹੀਨੇ 4 ਮਹੀਨੇ ਫਰਕ ਹੋਵੇ, ਉਹ ਤਾਂ ਕੋਈ ਫਰਕ ਨਹੀਂ ਹੈਗਾ ਨਾ। ਮਤਲਬ ਬੰਦਾ ਜਿਹੜਾ ਹੈ ਉਹ 6 ਮਹੀਨੇ ਸਾਲ ਦਾ, ਇੱਕ ਹੀ ਉਮਰ ਹੁੰਦੀ ਇਹਨਾਂ ਦੀ ਜੀ। ਅੱਛਾ, ਤੁਹਾਨੂੰ ਆਪਣੀ ਉਮਰ ਯਾਦ ਹੈ ਕਦੋਂ ਦੀ ਤੁਹਾਡੀ ਪੈਦਾਇਸ਼ ਆ? 38 ਦੀ। 1938 ਦੀ ਜੀ। ਆ 38 ਦੀ ਪੈਦਾਇਸ਼ ਹੋਈ ਤੇ 47 ਨੂੰ ਹੋਇਆ, ਆ ਗਏ ਨਾ 9-10 ਸਾਲ, 10 ਸਾਲ ਦਾ ਫਰਕ ਆ ਗਿਆ ਵਿੱਚ। ਆ ਬਾਬਾ ਜੀ, ਆ ਜਿਹੜੇ ਖੂਹ ਸੀ ਪਿੰਡ ਦੇ ਵਿੱਚ ਜੀ, 3 ਸੀ ਜਾਂ 4 ਸੀ ਜੀ, ਇਹ ਕਿਹਨਾਂ ਦੇ ਸੀ? ਇਹ ਜਿਹੜਾ ਪਹਿਲਾ ਖੂਹ ਵੱਡਾ ਹੈ ਨਾ, ਇਹ ਸਾਂਝਾ ਸਾਰੇ ਪਿੰਡ ਦਾ। ਇਹ ਪਿੰਡ ਦਾ ਸਾਂਝਾ ਸੀ? ਸਾਰੇ ਪਿੰਡ ਦਾ ਸਾਂਝਾ ਸੀ। ਅਤੇ ਬਕਾਏ ਜਿਹੜੇ ਨੇ ਉਹ ਜੱਟਾਂ ਨੇ ਆਪੋ ਆਪਣੇ ਬਣਾਏ, ਡੰਗਰਾਂ ਨੂੰ ਪਾਣੀ ਪਾਉਣ ਨੂੰ ਜਾਂ ਆਪਦੀ ਗਰਜ ਨੂੰ। ਇੱਥੋਂ ਖੂਹ ਪਾਣੀ ਪੀਣ ਵਾਲਾ ਇੱਥੇ ਵੱਡੇ ਖੂਹ ਤੋਂ ਜਾਂਦਾ ਸੀ। ਲਓ ਜੀ, ਇਹ ਸਾਡੇ ਨਾਲ ਅੱਜ ਹੈਗੇ ਸੀ ਕਮਾਲਦੀਨ, ਪਿੰਡ ਕੀਰਕਾ, ਸਭ ਤੋਂ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਨੇ। ਇਹੋ ਹੀ ਰਹਿ ਗਏ ਨੇ, ਇਹੋ ਹੀ ਰਹਿ ਗਏ ਨੇ ਹੁਣ, ਤੇ ਬਾਕੀ ਜਿਹੜੇ ਨੇ ਉਹ ਅੱਲਾ ਨੂੰ ਪਿਆਰੇ ਹੋ ਗਏ ਨੇ। ਅੱਲਾ ਨੂੰ ਪਿਆਰੇ ਹੋ ਗਏ ਬਸ। ਤੇ ਇਸ ਕਰਕੇ ਅਸੀਂ ਜਿਹੜਾ ਇਹਨਾਂ ਦਾ ਇੰਟਰਵਿਊ ਕੀਤਾ ਕਿ ਚਲੋ ਇਹਨਾਂ ਤੋਂ ਕੋਈ ਗੱਲਾਂ ਪੁੱਛਦੇ ਹਾਂ, ਕੋਈ ਪੁਰਾਣੀਆਂ, ਕੋਈ ਪਿੰਡ ਦੀਆਂ, ਪਿੰਡ ਕਿਹੋ ਜਿਹਾ ਸੀ, ਕਿਸ ਤਰ੍ਹਾਂ ਦਾ ਸੀ, ਕੌਣ ਇੱਥੇ ਰਹਿੰਦਾ ਸੀ।